ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਵਾਉਣ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸਕੂਲ ਦੀਆਂ ਬੱਸਾਂ ਦੇ ਚਲਾਨ ਕੱਟੇ ਜਾ ਰਹੇ ਨੇ। ਪਿਛਲੇ ਹਫ਼ਤੇ 50 ਤੋਂ ਜ਼ਿਆਦਾ ਪ੍ਰਾਈਵੇਟ ਸਕੂਲ ਬੱਸਾਂ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਲਗਾਤਾਰ ਵੱਖ ਵੱਖ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਦੇ ਵੱਲੋਂ ਕਿਹਾ ਗਿਆ ਕਿ ਬੱਚਿਆਂ ਦੀ ਸੁਰੱਖਿਆ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੇਫ ਸਕੂਲ ਅਤੇ ਪਾਲਿਸੀ ਨੂੰ ਲਾਗੂ ਕਰਨ ਲਈ ਲੁਧਿਆਣਾ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਾਲ ਵਿਭਾਗ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਹੈ ਜੋ ਕੀਤੀ ਜਾਏਗੀ। ਉੱਧਰ ਪ੍ਰਾਈਵੇਟ ਸਕੂਲ ਦੇ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਭਰੋਸਾ ਦਿੱਤਾ ਜਾ ਰਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ 'ਚ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਮਾਮਲੇ ਲੈ ਕੇ ਲੁਧਿਆਣਾ DAV ਪਬਲਿਕ ਸਕੂਲ ਪੱਖੋਆ ਰੋਡ ਦੇ ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਾਰੇ ਤੋਂ ਪਹਿਲ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕੁਝ ਪ੍ਰਾਈਵੇਟ ਕੰਟਰੈਕਟਰਸ ਦੀ ਬੱਸਾਂ ਦੇ ਵਿੱਚ ਸਕੂਲ ਵਿੱਚ ਚੱਲਦੀ ਹੈ, ਜਿਨ੍ਹਾਂ ਨੂੰ ਲੈ ਕੇ ਬੱਸਾਂ ਦੇ ਵਿੱਚ ਨਿਯਮਾਂ ਦੇ ਮੁਤਾਬਕ ਚੇਂਜ ਕਰਨ ਨਿਰਦੇਸ਼ ਦਿੱਤੇ ਗਏ ਨੇ। ਉਹਨਾਂ ਕਿਹਾ ਕਿ ਸਾਫ਼ ਤੌਰ 'ਤੇ ਕਿਹਾ ਗਿਆ ਕਿ ਜੇਕਰ ਕਿਸੇ ਬਾਤ ਦਾ ਚਲਾਨ ਕੱਟਿਆ ਜਾਂਦਾ ਤਾਂ ਉਸਦੇ ਵਿੱਚ ਕੋਈ ਕਮੀ ਹੋਏਗੀ, ਉਸ ਨੂੰ ਤੁਰੰਤ ਦਰੁਸਤ ਕੀਤਾ ਜਾਵੇਗਾ। ਸੋ ਸੇਫ ਸਕੂਲ ਵਾਹਨ ਲਈ ਅਸੀਂ ਸਖ਼ਤ ਹਦਾਇਤਾਂ ਜਿਹੜੀਆਂ ਹੈਗੀਆਂ ਦਿੱਤੀਆਂ ਹੈਗੀਆਂ ਕਿ ਉਹਦੀ ਇਨ ਬਿਨ ਪਾਲਣਾ ਜਿਹੜੀ ਹੈ ਕੀਤੀ ਜਾਵੇ। ਇਨਫੈਕਟ ਅਸੀਂ ਸਾਰੇ ਸਕੂਲਸ ਨਾਲ ਮੀਟਿੰਗ ਕੀਤੀ ਹੈ, ਉਹਨਾਂ ਨੂੰ ਸਾਰੇ ਪੋਲਿਸੀ ਬਾਰੇ ਦੱਸਿਆ ਹੈਗਾ ਹੈ ਅਤੇ ਉਹਨਾਂ ਤੋਂ ਸੈਲਫ ਸਰਟੀਫਿਕੇਸ਼ਨ ਵੀ ਮੰਗੀ ਹੈਗੀ ਹੈ। ਨਾਲ ਦੀ ਨਾਲ ਸਾਡੀ ਐਨਫੋਰਸਮੈਂਟ ਡਰਾਈਵ ਵੀ ਚੱਲ ਰਹੀ ਹੈ। ਰੋਜ਼ਾਨਾ ਅਸੀਂ ਜਿਹੜੀ ਕੋਈ ਬੱਸ ਇਸ ਪੋਲਿਸੀ ਦੇ ਨਾਲ ਕੰਪਲਾਇੰਟ ਨਹੀਂ ਹੈ ਉਹਨਾਂ ਦਾ ਚਲਾਨ ਵੀ ਕੀਤਾ ਜਾ ਰਿਹਾ ਹੈ। ਨਾਲ ਹੀ ਟ੍ਰੈਫਿਕ ਪੁਲਿਸ ਤੋਂ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਹੈ ਕਿ ਨਾ ਸਿਰਫ ਬੱਸਿਸ ਬਟ ਜੇਕਰ ਕੋਈ ਓਵਰਲੋਡਿਡ ਈ ਰਿਕਸ਼ਾਜ਼ ਵੀ ਬੱਚਿਆਂ ਨੂੰ ਲੈ ਕੇ ਜਾ ਰਹੀ ਹੈ ਤਾਂ ਉਹਨਾਂ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸੋ ਇਹ ਬਹੁਤ ਹੀ ਸੀਰੀਅਸ ਚੀਜ਼ ਹੈ ਕਿਉਂਕਿ ਇਹ ਸਾਡੇ ਬੱਚਿਆਂ ਦੀ ਸੇਫਟੀ ਦਾ ਮਾਮਲਾ ਹੈ। ਤਾਂ ਅਗੇਨ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਇੰਕਲੂਡਿੰਗ ਪੇਰੈਂਟਸ ਕਿ ਬੱਚਿਆਂ ਦੀ ਜਿਹੜੀ ਸੇਫਟੀ ਹੈ ਉਹ ਬਹੁਤ ਜ਼ਰੂਰੀ ਹੈ ਅਤੇ ਸਾਰੇ ਹੀ ਉਹਦੇ ਵਿੱਚ ਆਪਣਾ ਸਹਿਯੋਗ ਦੇਣ। ਐਂਡ ਸਕੂਲ ਜਿਹੜੀ ਵਾਹਨ ਪੋਲਿਸੀ ਹੈ, ਸੇਫ ਸਕੂਲ ਵਾਹਨ ਪੋਲਿਸੀ, ਉਹਦੀ ਸਾਰੀ ਫਾਈਨਲੀ ਲਾਇਬਿਲਿਟੀ ਜਿਹੜੀ ਉਹ ਐਜ਼ ਆਫ ਨਾਓ ਤਾਂ ਪ੍ਰਿੰਸੀਪਲ ਦੇ ਉੱਤੇ ਹੈਗੀ ਹੈ। ਇਸ ਲਈ ਅਸੀਂ ਸਾਰੇ ਪ੍ਰਿੰਸੀਪਲਸ ਨੂੰ ਸਪੈਸ਼ਲੀ ਬੁਲਾ ਕੇ ਉਹਨਾਂ ਨੂੰ ਪੋਲਿਸੀ ਦੇ ਬਾਰੇ ਜਾਣੂ ਕਰਾਇਆ ਸੀਗਾ। ਬਹੁਤ ਹੀ ਚੰਗਾ ਇਨੀਸ਼ੀਏਟਿਵ ਹੈਗਾ ਸਾਡੇ ਓਨਰੇਬਲ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਜੀ ਵੱਲੋਂ ਜਿਹੜਾ ਇਹ ਕੀਤਾ ਗਿਆ। ਇਹਦੇ ਨਾਲ ਕੀ ਹੋਏਗਾ ਕਿ ਬੇਸ਼ੱਕ ਅਸੀਂ ਇਸ ਚੀਜ਼ ਦਾ ਧਿਆਨ ਰੱਖਦੇ ਹਾਂ, ਇਹਦੀ ਪਾਲਣਾ ਵੀ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਜਿਹੜੀ ਹੈਗੀ ਹੈ ਸੇਫ਼ ਸਕੂਲ ਵਾਹਨ ਪੋਲਿਸੀ ਦਾ ਅਸੀਂ ਧਿਆਨ ਰੱਖਦੇ ਹਾਂ। ਪਰ ਇਹਦੇ ਨਾਲ ਇੱਕ ਆਪਣੀ ਇੰਟਰੋਸਪੈਕਸ਼ਨ ਫਿਰ ਤੋਂ ਹੋ ਜਾਂਦੀ ਹੈ, ਫਿਰ ਤੋਂ ਚੈਕਿੰਗ ਵੀ ਹੋ ਜਾਂਦੀਆਂ ਇਹਨਾਂ ਨੇ, ਕਿਉਂਕਿ ਬੱਚੇ ਜਿਹੜੇ ਨੇ ਉਹ ਨਾ ਸਿਰਫ ਮਾਂ ਬਾਪ ਦੀ ਸਭ ਤੋਂ ਮਹਿੰਗੀ ਇੱਕ ਪ੍ਰੋਪਰਟੀ ਹੁੰਦੇ ਨੇ, ਸਗੋਂ ਸਾਡੇ ਸਮਾਜ ਦਾ ਵੀ ਜਿਹੜਾ ਹੈਗਾ ਨਾ ਉਹ ਬਹੁਤ ਇੱਕ ਅਹਿਮ ਹਿੱਸਾ ਹੁੰਦੇ ਨੇ, ਕਿਉਂਕਿ ਸਾਡੇ ਦੇਸ਼ ਦਾ ਫਿਊਚਰ ਹੈਗਾ। ਔਰ ਬੱਚਿਆਂ ਦੀ ਜਿਹੜੀ ਸੇਫਟੀ ਹੈਗੀ ਹੈ ਉਹਨੂੰ ਧਿਆਨ ਵਿੱਚ ਰੱਖਣਾ ਸਾਡੀ ਜ਼ਿੰਮੇਵਾਰੀ ਜਿਹੜੀ ਹੈਗੀ ਇੱਕ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਹੀਂ ਬਣਦੀ, ਸਗੋਂ ਸਾਡੀ ਇੱਕ ਮੋਰਲ ਜ਼ਿੰਮੇਵਾਰੀ ਵੀ ਬਣਦੀ ਹੈਗੀ ਹੈ ਕਿ ਕਿਤੇ ਵੀ ਕੋਈ ਕੁਤਾਹੀ ਨਾ ਹੋਵੇ। ਅਸੀਂ ਵੀ ਜਦੋਂ ਮੈਡਮ ਵੱਲੋਂ DC ਸਾਹਿਬ ਵੱਲੋਂ ਜਿਹੜੇ ਇਹ ਸ਼ੁਰੂ ਕੀਤਾ ਗਿਆ ਹੈਗਾ ਚੈਕਿੰਗ ਦਾ, ਅਤੇ ਇਹਦੇ ਇਹ ਸਾਨੂੰ ਵੀ ਇੱਕ ਹੋਰ ਵੀ ਅਲਰਟ ਕਰ ਦਿੰਦਾ। ਅਸੀਂ ਚੰਗੀ ਤਰ੍ਹਾਂ ਅਸੀਂ ਵੀ ਆਪਣੀ ਜਾਂਚ ਪੜਤਾਲ ਆਪਣੀਆਂ ਬੱਸਿਸ ਹੀ ਕਰਦੇ ਹਾਂ, ਜਿਹੜੇ ਪ੍ਰਾਈਵੇਟ ਟਰਾਂਸਪੋਰਟਰਸ ਦੀਆਂ ਬੱਸਾਂ ਸਾਡੇ ਸਕੂਲਾਂ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਦੀ ਜਾਂਚ ਪੜਤਾਲ ਵੀ ਜਿਹੜੀ ਹੈ ਉਚੇਚੇ ਤੌਰ ਦੇ ਉੱਤੇ ਕੀਤੀ ਜਾਂਦੀ ਹੈ, ਅਤੇ ਜੇ ਕਿਤੇ ਕੋਈ ਕੁਤਾਹੀ ਵੀ ਹੁੰਦੀ ਹੈ ਤਾਂ ਉਹਨੂੰ ਨਾ ਸਿਰਫ ਸੁਧਾਰਿਆ ਜਾਂਦਾ ਹੈ ਸਗੋਂ ਇਹ ਵੀ ਇਨਸ਼ੋਰ ਕੀਤਾ ਜਾਂਦਾ ਕਿ ਅੱਗੇ ਤੋਂ ਉਹ ਨਾ ਹੋਏ। ਔਰ ਮੈਂ ਤਾਂ ਉਹਨਾਂ ਨੂੰ ਟਰਾਂਸਪੋਰਟਰਸ ਨੂੰ, ਮੈਂ ਆਪਣੀ ਟੀਮ ਨੂੰ ਵੀ ਇਹ ਕਹਿੰਦੀ ਹੈਗੀ ਹਾਂ ਕਿ ਜੁਰਮਾਨਾ ਹੋ ਜਾਣਾ ਜਿਹੜਾ ਹੈਗਾ ਨਾ ਕੋਈ ਗੱਲ ਨਹੀਂ ਹੈ, ਅਸੀਂ ਆਪਣੇ ਆਪ ਨੂੰ ਸੁਧਾਰ ਲਈਏ, ਗੱਲ ਹੈ ਆਪਣੇ ਆਪ ਨੂੰ ਸੁਧਾਰਨਾ, ਅਤੇ ਜੇ ਕਿਤੇ ਸਾਡੇ ਤੋਂ ਅਣਜਾਣੇ ਦੇ ਵਿੱਚ ਕੋਈ ਗਲਤੀ ਹੋ ਰਹੀ ਹੁੰਦੀ ਹੈ ਤਾਂ ਕੋਈ ਗੱਲ ਨਹੀਂ, ਉਹਨੂੰ ਸੁਧਾਰੋ ਤਾਂ ਕਿ ਅੱਗੇ ਤੋਂ ਇਹ ਕਿਉਂਕਿ ਇਹ ਗਲਤੀ ਇਹ ਅਫੋਰਡੇਬਲ ਨਹੀਂ ਹੈਗੀ ਹੈ। ਬੱਚਿਆਂ ਦੀਆਂ ਜਾਨਾਂ ਬਹੁਤ ਕੀਮਤੀ ਹੈਗਾ ਨੇ, ਅਸੀਂ
ਅਸੀਂ ਉੱਥੇ ਕੋਈ ਵੀ ਲਾਪਰਵਾਹੀ ਨਹੀਂ ਵਰਤ ਸਕਦੇ। ਸੋ ਇਹ ਜਿਹੜੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਜਿਹੜਾ ਹੈਗਾ ਅਸੀਂ ਪਾਲਣ ਆਪ ਵੀ ਕਰਨਾ ਅਤੇ ਦੂਸਰਿਆਂ ਤੋਂ ਵੀ ਕਰਵਾਉਣਾ।